ਖਾਲਸਾ ਸਰਕਾਰ ਮਰਦਾਬਾਦ 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 ਤੁਸੀਂ ਆੜ ਦਾ ਕੰਮ ਕਰਦੇ ਹੋ ਕੀ ਮੁਸ਼ਕਲ ਤੁਹਾਨੂੰ ਇਸ ਵੇਲੇ ਆ ਰਹੀ ਹੈ ਜਿਹੜੀ ਮੇਨ ਮੁਸ਼ਕਲ ਹੈ ਜਿਹੜਾ ਠੇਕੇਦਾਰ ਵਾ ਮੈਨੂੰ ਇਹ ਪਤਾ ਲੱਗਾ ਉਹ ਕੋ ਗੱਡੀਆਂ ਇਹ ਨਹੀਂ ਗਿਆ ਐਹੋ ਜੇ ਬੰਦੇ ਨੂੰ ਠੇਕਾ ਕਿਉਂ ਦਿੰਦੇ ਆ ਪ੍ਰਧਾਨ ਜੀ ਤੁਸੀਂ ਕੀ ਸਮਝਦੇ ਹੋ ਜਿਹੜਾ ਫਿਰ ਟੈਂਡਰ ਇਹ ਤੁਹਾਡੇ ਮੁਤਾਬਕ ਕਿਸ ਨੂੰ ਕਿਸ ਨੂੰ ਦੇਣਾ ਚਾਹੀਦਾ ਬਾਨੀ ਡਾਨੀ ਸਾਡੀਆਂ ਮੰਡੀਆਂ ਖਤਮ ਕਰਨੀਆਂ ਚਾਹੁੰਦੇ ਆ ਐਹੋ ਹੀ ਆ ਕਾਰਨਾ ਜੇ ਆੜਤੀਆਂ ਮਰ ਗਿਆ ਫੇਲ ਹੋ ਗਿਆ ਆੜਤੀਆ ਤੇ ਮੰਡੀਆਂ ਸਾਡੀਆਂ ਖਤਮ ਹੋ ਜਾਣਗੀਆਂ ਜੇ ਰੇਲਾਂ ਰੁਕਣੀਆਂ ਆਪਣੀਆਂ ਰੇਲਾਂ ਰੋਕਾਂਗੇ 5 ਤਰੀਕ ਨੂੰ ਪੂਰੇ ਪੰਜਾਬ ਦੇ ਡੀਸੀ ਜਿਹੜੇ ਆ ਉਹ ਅਸੀਂ ਕਿ ਰੰਗ ਜਾ ਰਹੇ ਆ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਰਵੀ ਖਹਿਰਾ ਸੋ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਤਾਂ ਇਸ ਵਾਰ ਜੋ ਵਾਅਦਾ ਕੀਤਾ ਗਿਆ ਸੀ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਨਹੀਂ ਰੋਲ ਦਿੱਤਾ ਜਾਵੇਗਾ ਕਿਸਾਨ ਤਾਂ ਮੰਡੀਆਂ ਵਿੱਚ ਨਹੀਂ ਰੁਲੇ ਪਰ ਇਸ ਦੇ ਉਲਟ ਦੇਖਿਆ ਜਾ ਰਿਹਾ ਹੈ ਕਿ ਆੜਤੀਏ ਤੇ ਜੋ ਲੇਬਰ ਵਾਲੇ ਨੇ ਉਹ ਮੰਡੀਆਂ 'ਚ ਰੋਲ ਰਹੇ ਨੇ ਕਾਰਨ ਹੈ ਲਿਫਟਿੰਗ ਦਾ ਨਾ ਹੋਣਾ ਸਾਡੇ ਨਾਲ ਮੌਜੂਦ ਹੈ ਇਸ ਵੇਲੇ ਮੌਜੂਦਾ ਮੀਆਂਵੰਡ ਦਾਣਾ ਮੰਡੀ ਜਿੱਥੇ ਕਿ ਲਗਭਗ 80 90 ਹਜ਼ਾਰ ਬੋਰੀ ਖੁੱਲੇ ਸਮਾਨ ਦੇ ਵਿੱਚ ਪਈ ਹੈ ਸਾਡੇ ਨਾਲ ਆਰਤੀਏ ਭਰਾ ਮੌਜੂਦ ਨੇ ਜੋ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕੀ ਕਾਰਨ ਹੈ ਸੋ ਸਾਡੇ ਨਾਲ ਰਾਜ ਆਰਤੀਆ ਵੀਰ ਮੌਜੂਦ ਹੈ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਕੀ ਨਾਂ ਤੁਹਾਡਾ ਮੇਰਾ ਇੰਦਰਜੀਤ ਸਿੰਘ ਅਜੇ ਇੰਦਰਜੀਤ ਸਿੰਘ ਜੀ ਤੁਸੀਂ ਆੜ ਦਾ ਕੰਮ ਕਰਦੇ ਹੋ ਕੀ ਮੁਸ਼ਕਲ ਤੁਹਾਨੂੰ ਇਸ ਵੇਲੇ ਆ ਰਹੀ ਹੈ ਜਿਹੜੀ ਮੇਨ ਮੁਸ਼ਕਲ ਹੈ ਭਾਜੀ ਮੁਸ਼ਕਲ ਹੀ ਮੁਸ਼ਕਲ ਦੇ ਨਾਲ ਭਰਿਆ ਪਿਆ ਸਾਰਾ ਕੰਮ ਜਿਹੜੀ ਮੰਡੀ ਦੇ ਵਿੱਚ ਸਾਡੀ ਜਿੰਨੀਆਂ ਵੀ ਬੋਰੀਆਂ ਆਈਆਂ ਨਾ ਕੋਈ ਕਰੀਬ 8-10 ਗੱਡੀਆਂ ਗਈਆਂ ਹੋਣੀਆਂ ਟੋਟਲੀ ਮਾਲ ਸਾੜ ਚੁੱਕਣ ਨਾਲ ਪਿਆ ਤੇ ਲੇਬਰ ਜਿਹੜੀ ਆ ਉਹ ਲੋੜੇ ਦੀ ਪਰੇਸ਼ਾਨ ਆ ਜਿੰਨੇ ਕਮਾਏ ਉਹਨੇ ਲਗਾਤਾਰ ਖਾ ਰਹੇ ਆ ਇਹਨਾਂ ਨੂੰ ਇਹੀ ਚਾਹੀਦਾ ਆ ਕਿ ਸਾਡੀ ਕਣਕ ਜਲਦ ਦਦਲ ਚੁੱਕੀ ਜਾਵੇ ਤਾਂ ਜੋ ਮਜਦੂਰ ਘਰ ਜਾਣ ਆਪਣੇ ਕਾਰਨ ਕੀ ਹੈ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਕਿਤੇ ਨਾ ਕਿਤੇ ਕਿਹਾ ਜਾਂਦਾ ਕਿ ਜਿਸ ਨੂੰ ਟੈਂਡਰ ਦਿੱਤਾ ਹੋਇਆ ਹੈ ਉਹ ਸਟੈਂਡਰਡ ਕੋ ਟੈਂਡਰ ਜਿਹੜਾ ਕਰਤਾ ਹੈ ਉਸ ਕੋਲ ਵਹੀਕਲ ਮੌਜੂਦ ਨਹੀਂ ਹੈ ਫਿਰ ਸਰਕਾਰ ਇਹੋ ਜਿਹੇ ਟੈਂਡਰ ਕਰਤਾ ਨੂੰ ਟੈਂਡਰੀ ਕਿਉਂ ਦਿੰਦੀ ਹੈ ਇਹ ਨਾ ਹਰ ਵਾਰ ਹਰ ਸੀਜ਼ਨ ਹੀ ਉਹਨਾਂ ਬੰਦਿਆਂ ਨੂੰ ਟੈਂਟਰ ਦਿੱਤਾ ਜਾਂਦਾ ਗੱਡੀ ਉਹਨਾਂ ਕੋਲ ਕੋਈ ਨਹੀਂ ਆ ਪਰੇਸ਼ਾਨੀ ਸ਼ੇਮ ਸੇਮ ਸੀਜ਼ਨ ਆਉਂਦੀ ਆ ਤੇ ਇਸ ਵਾਰ ਵੀ ਉਦਾਂ ਹੋ ਰਿਹਾ ਤੇ ਉਹ ਕੀ ਮੰਗ ਕਰਦੇ ਹੋ ਸਰਕਾਰ ਪਾਸੋਂ ਕੀ ਮੰਗ ਕਰਦੇ ਹੋ ਮੰਗ ਇਹ ਹੀ ਆ ਕਿ ਜਲਦੀ ਤੋਂ ਜਲਦੀ ਗੱਡੀਆਂ ਆਉਣ ਤਾਂ ਜੋ ਮਾਲ ਚੁੱਕਿਆ ਜਾਵੇ ਲੇਬਰ ਘਰਾਂ ਨੂੰ ਜਾਵੇ ਤੇ ਅਸੀਂ ਵੀ ਸੁਰੱਖਿਓ ਕੇ ਕੰਮ ਚਾਹੀਏ ਉਹ ਇਸਨ ਸਾਡੇ ਨਾਲ ਆਰਤੀਆ ਵੀਰ ਜਿਨ੍ਹਾਂ ਨੇ ਕਿਹਾ ਗਿਆ ਕਿ ਜੋ ਟੈਂਡਰ ਜਿਸ ਨੂੰ ਦਿੱਤਾ ਗਿਆ ਸੋ ਕੋਲ ਤਾਂ ਗੱਡੀਆਂ ਹੀ ਹੈ ਨਹੀਂ ਆ ਸੋ ਟੈਂਡਰ ਹਰ ਵਾਰੀ ਤਰ੍ਹਾਂ ਉਸੇ ਵੀਰ ਨੂੰ ਦਿੱਤਾ ਜਾਂਦਾ ਜਿਹਦੇ ਕੋਲ ਗੱਡੀਆਂ ਨਹੀਂ ਹੈਗੀਆਂ ਸੋ ਵੱਡਾ ਸਵਾਲ ਇਹ ਵੀ ਹੈ ਸਾਡੇ ਨਾਲ ਇਥੇ ਹੋਰ ਵੀ ਭਾਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਜੀ ਭਾਜੀ ਤੁਹਾਡਾ ਕੀ ਨਾਮ ਹੈ ਜੀ ਤੁਸੀਂ ਬੋਲੋ ਜੀ ਆਪਣੇ ਮੁੱਦੇ ਆਪ ਬੋਲੋ ਕੀ ਨਾਮ ਤੁਹਾਡਾ ਗੁਰਮਖ ਸਿੰਘ ਜੀ ਅੱਛਾ ਗੁਰਮਖ ਸਿੰਘ ਜੀ ਅੱਧਾ ਕੰਮ ਕਰਦੇ ਜੋ ਹਾਂਜੀ ਕੀ ਤੁਹਾਨੂੰ ਪਰੇਸ਼ਾਨੀ ਆ ਰਹੀ ਹੈ ਡਿਫਟਕ ਦੀ ਪਰੇਸ਼ਾਨੀ ਹੈ ਜੀ ਸਭ ਠੀਕ ਹੈ ਜੀ ਤੇ ਕੀ ਪਰੇਸ਼ਾਨੀ ਆ ਰਹੀ ਹੈ ਗੱਡੀਆਂ ਨਹੀਂ ਆ ਰਹੀਆਂ अच्छा जी हां तो सरकार ਤੇ ਲਗਾਤਾਰ ਇਹ ਦਾਵਾ ਸੀ ਕਿ ਪ੍ਰੇਸ਼ਾਨੀ ਕਿਸੇ ਨੂੰ ਨਹੀਂ ਆਉਣ ਦਿੱਤੀ ਜਾਊਗੀ ਤੋਂ ਕੀ ਕਹਿਣਾ ਚਾਹੋਗੇ ਪ੍ਰੇਸ਼ਾਨੀ ਤਾਂ ਹੈਗੀ ਹੈ ਜੀ ਸਰ ਬਹੁਤ ਵੱਡੀ ਪ੍ਰੇਸ਼ਾਨੀ ਹੈ ਵੀ ਗੱਡੀਆਂ ਨਹੀਂ ਆ ਰਹੀਆਂ ਗੱਡੀਆਂ ਭੇਜਣਾ ਜਾਂ ਟੈਂਡਰ ਕੈਨਸਲ ਕਰਕੇ ਆੜਤੀਆਂ ਦੇ ਨਾਮ ਕਰ ਦੇਣ ਠੀਕ ਹੈ ਜੀ ਭਵਨ ਸਿੰਘ ਮਾਨ ਨੂੰ ਕੀ ਕਹੋਗੇ ਮਾਨ ਸਾਹਿਬ ਨੂੰ ਕਹਿਣ ਦਾ ਹੈ ਕਿ ਸਾਰਾ ਕੁਝ ਕਰਨ ਸੋ ਆੜ ਟੈਂਡਰ ਕੈਨਸਲ ਕਰ ਦੇਣ ਠੀਕ ਹੈ ਜੀ ਸੋ ਸਾਡੇ ਨਾਲ ਇਸੇ ਨਾ ਸਭ ਤੋਂ ਵੱਡੀ ਗੱਲ ਹੈ जो बिहार तो मजदूर आए ने वो भी ने भी इधर आओ यार क्या नाम है तेरा मेरा नाम इंदल अच्छा इंदल अभी दिक्कत, जो रही है, में क्या रही है? दिक्कत मेरे को यही आ रहा है कि दस रोज से मैं बैठा हूँ पांच हजार राशन खा चुका हूँ आरती विरानू बेनती यही कि मैं लोग बैठा हूँ हम लोग का पैसा जो खत्म हो जा रहा है कमा के खाते हैं तो हम लोग का गड्डी चाहिए तो मैं माल टुकके पासे मारिए तो बंदे कोई और काम करिए बिहार जाके ठीक है जी हां जी तो क्या कहोगे पंजाब के मुख्यमंत्री से क्या अपील करोगे क्या बोलो मुख्यमंत्री पंजाब है जो उनसे क्या कहना चाहोगे पंजाब जो मुख्यमंत्री है क्या कहना चाहते हैं हां क्या कहोगे तो हम यही कहना चाहते हैं कि मियां पिन मंडी से माल 90000 बोरी पया है ਤੋ ਗੱਡੀ ਆਪੇ ਭੇਜੋ ਤੇ ਮੈਂ ਮੰਡੀ ਸੇ ਮਾਲ ਗੱਡੀ ਭਰ ਕੇ ਤੇ ਮੈਂ ਭੇਜਾ ਡੀਪੋ ਤੇ ਸੋ ਇਹ ਸੰ ਸਾਡੇ ਨਾਲ ਮਜ਼ਦੂਰ ਨੇ ਜੋ ਆਏ ਨੇ ਕਹਿੰਦੇ ਨੇ ਸਾਨੂੰ ਦਵਾ-ਦਾਵੇ ਇਥੋਂ ਵੇਲੇ ਕਰਕੇ ਕਰ ਲੋ ਅਸੀਂ ਆਪਣੇ ਦੇਸ਼ ਨੂੰ ਜਾਣਾ ਵਾ ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜੋ ਕੇ ਹਮੇਸ਼ਾ ਹੀ ਸੰਘਰਸ਼ ਕਰਦੇ ਨੇ ਲੜਦੇ ਨੇ ਉਹ ਮੌਜੂਦ ਨੇ ਦਿਆਲ ਸਿੰਘ ਮੀਆਂਵਣ ਜੀ ਸੋ ਇਹਨਾਂ ਦਾ ਕੀ ਕਹਿਣਾ ਹੈ ਇਹ ਸਭ ਮੁੱਦੇ ਤੇ ਇਹਨਾਂ ਕੋ ਵੀ ਜਾਣਦੇ ਆ ਹਾਂ ਜੀ ਪ੍ਰਧਾਨ ਜੀ ਕੀ ਕਹੋਗੇ ਇਸ ਵਾਰ ਜੇਕਰ ਕਿਸਾਨ ਪਰੇਸ਼ਾਨ ਨਹੀਂ ਹੋਇਆ ਆਰਤੀਏ ਪਰੇਸ਼ਾਨ ਨੇ ਇਹ ਮਜ਼ਦੂਰ ਪਰੇਸ਼ਾਨ ਨੇ ਤਾਂ ਕੀ ਕਹਿਣਾ ਚਾਹੋਗੇ ਵੇਖੋ ਜੀ ਪੂਰੇ ਪੰਜਾਬ ਦੇ ਵਿੱਚ ਕਣਕ ਜਿਹੜੀ ਮੰਡੀਆਂ ਚੁੱਕਣ ਵਾਲੀ ਪਈ ਆ ਸਾਡੇ ਤਰਨਤਾਰਨ ਜਿਹਰੇ ਚੋਂ ਬਹੁਤ ਜਗ੍ਹਾ ਤੋਂ ਮੈਨੂੰ ਟੈਲੀਫੋਨ ਆਇਆ ਪਈ ਕਣਕ ਉਸੇ ਤਰ੍ਹਾਂ ਪਈ ਆ ਅੱਜ ਮੈਂ ਮੀਂਹ ਵਿੰਡ ਕਰਨ ਸਾਡੇ ਮੀਂਹ ਵਿੰਡ ਵੀ ਆਰਤੀਆਂ ਭਰਾਵਾਂ ਵੱਲੋਂ ਇਹੋ ਮੁੱਦਾ ਉੱਠਿਆ ਪਈ 80 90 ਹਜ਼ਾਰ ਬੋਰੀ ਮੀਂਹ ਵਿੰਡ ਮੰਡੀ ਪਈ ਆ ਕੋਈ ਇੱਥੇ ਛੱਡ ਨਹੀਂ ਬਣਿਆ ਖੁੱਲੇ ਆਪਣੇ ਪਈ ਬੋਰੀ ਮੰਡੀ ਦੇ ਵਿੱਚ ਕੋਈ ਕੱਲ ਨੂੰ ਬਾਰਿਸ਼ ਹੋ ਗਈ ਸਾਰੇ ਕਣਕ ਖਰਾਬ ਹੋ ਜੋ ਸਾੜ ਵੀ ਸਕਦੇ ਕਿਉਂਕਿ ਅਗ ਵਾਰ ਵਾਰ ਨੰਡਈਆ ਹੋਰ ਗਦਾਮਾ ਚ ਕਈ ਥਾਈਂ ਵੇਖੋ ਅੱਗੇ ਲੱਗੀਆਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਪੇ ਇਹਨੂੰ ਜਲਦੀ ਤੋਂ ਜਲਦੀ ਚੁੱਕਿਆ ਜਾਵੇ ਜਿਹੜੇ ਮਜ਼ਦੂਰ ਆ ਹੁਣ ਇੱਥੇ ਵਿਹਲੇ ਬੈਠਿਆ ਰੋਜ਼ 5-10000 ਦਾ ਖਰਚਾ ਚੜੰਡਿਆ ਵਾ ਉਹਨਾਂ ਨੂੰ ਵੀ ਇੱਥੋਂ ਵਿਹਲੇ ਕਰਕੇ ਤੇ ਆਪਣੇ ਦੇਸ਼ ਭੇਜ ਦੇਣਾ ਚਾਹੀਦਾ ਵਾ ਆਪਣੇ ਘਰਾਂ ਜਾਣਾ ਉਹਨਾਂ ਦੇ ਪਰਿਵਾਰ ਵੀ ਡੇਕੰਦੇ ਆ ਪੇ ਮਿਹਨਤ ਕਰਕੇ ਕੋਈ ਕਮਾਈ ਕਰਕੇ ਘਰ ਲਿਆਉਣਗੇ ਜਿਹੜਾ ਕਮਾਈ ਕੀਤਾ ਪੈਸਾ ਵਾ ਉਹ ਤੇ ਇੱਥੇ ਵਿਹਲੇ ਬੈਠੇ ਖਾਣਦੇ ਆ ਇਸ ਕਰਕੇ ਭਗਵਾਨਤਮਾਨ ਸਰਕਾਰ ਨੂੰ ਅਪੀਲ ਕਰਦੇ ਆਂ ਪੇ ਜਲਦੀ ਤੋਂ ਚਲਦੇ ਗੱਡੀਆਂ ਭੇਜ ਕੇ ਤੇ ਕਾਨਕੇ ਚਕਾਈ ਜਾਏ ਜਿਹੜਾ ਠੇਕੇਦਾਰ ਵਾ ਮੈਨੂੰ ਇਹ ਪਤਾ ਲੱਗਾ ਉਹ ਕੋ ਗੱਡੀਆਂ ਇਹ ਨਹੀਂ ਗਿਆ ਇਹੋ ਜਿਹੇ ਬੰਦੇ ਨੂੰ ਠੇਕਾ ਕਿਉਂ ਦਿੰਦੇ ਆ ਪਹਿਲੋਂ ਸਰਕਾਰ ਨੂੰ ਵੇਖਣ ਦੇਣਾ ਚਾਹੀਦਾ ਕਿ ਇਹਦੇ ਇਹੋ ਜੀ ਗੱਲ ਤੇ ਨਹੀਂ ਵੇਚਾ ਕਿਤੇ ਕਾਂਗਰਸੀਆਂ ਅਕਾਲੀਆਂ ਦਾ ਵੇ ਫਿਰ ਉਹਨੇ ਟੈਂਡਰ ਭਰ ਲਿਆ ਤੇ ਹੁਣ ਕਾਨਕਵਾਸੀ ਗੱਡੀਆਂ ਨਹੀਂ ਹੈਗੀਆਂ ਜੇ ਉਹ ਕੋ ਗੱਡੀਆਂ ਨਹੀਂ ਹੈਗਿਆ ਉਹਦਾ ਟੈਂਡਰ ਕੈਨਸਲ ਕਰਕੇ ਹੋਰ ਕੇਸ ਭਰਾ ਨੂੰ ਦੋ ਤੇ ਕਾਨਕੇ ਚਕਾਈ ਜਾਵੇ ਅਸੀਂ ਪਹਿਲੋਂ ਅਪੀਲ ਕਰਦੇ ਹਾਂ ਜਿਹੜੇ ਬਾਨੇ ਡਾਨੇ ਸਾਡੀਆਂ ਮੰਡੀਆਂ ਖਤਮ ਕਰਨੀਆਂ ਚਾਹੁੰਦੇ ਆ ਇਹੋ ਹੀ ਆ ਕਾਰਨ ਜੇ ਆੜਤੀਆਂ ਮਰ ਗਿਆ ਫੇਲ ਹੋ ਗਿਆ ਆੜਤੀਆ ਤੇ ਮੰਡੀਆਂ ਸਾਡੀਆਂ ਖਤਮ ਹੋ ਜਾਣਗੀਆਂ ਪ੍ਰਧਾਨ ਜੀ ਤੁਸੀਂ ਕੀ ਸਮਝਦੇ ਹੋ ਜਿਹੜਾ ਫਿਰ ਟੈਂਡਰ ਹੈ ਤੁਹਾਡੇ ਮੁਤਾਬਕ ਕਿਸ ਨੂੰ ਕਿਸ ਨੂੰ ਦੇਣਾ ਚਾਹੀਦਾ ਵੇਖੋ ਜੀ ਜੇ ਨਹੀਂ ਇੱਥੇ ਠੇਕੇਦਾਰ ਨੇ ਪਰੇ ਚੜਾ ਸਕਦਾ ਫਿਰ ਆੜਤੀ ਵੀਰ ਭਰਾਵਾਂ ਨੂੰ ਦੇ ਦੇਣਾ ਉਹ ਆਪੇ ਜ਼ਿੰਮੇਵਾਰ ਹੋਣਗੇ ਆਪਣੇ ਕੰਨ ਕੇ ਚੁੱਕਣ ਦੇ ਤੇ ਹੁਣ ਜੇ ਲਾ ਲੋਗੇ ਬੱਦਲ ਦਾ ਮੌਸਮ ਹੈ ਜੇ ਨੁਕਸਾਨ ਹੁੰਦਾ ਹੈ ਸਾਰਾ ਤੇ ਇਹ ਜਿਹੜਾ ਨੁਕਸਾਨ ਹੈ ਇਹਦਾ ਸਾਰਾ ਜ਼ਿੰਮੇਵਾਰ ਕੌਣ ਹੈ ਸਾਰਾ ਹੀ ਜ਼ਿੰਮੇਵਾਰ ਸਰਕਾਰ ਤੇ ਜਿਹਨੇ ਟੈਂਡਰ ਭਰਿਆ ਵਾ ਜੇ ਉਹਨੇ ਟੈਂਡਰ ਭਰਨ ਯੋਗ ਹੈ ਨਹੀਂ ਹੈ ਕਿ ਕਾਬਲੀਅਤ ਦਾ ਕਿਉਂ ਭਰਿਆ ਜੇ ਗੱਡੀਆਂ ਨਹੀਂ ਇਹਦੇ ਵਿੱਚ ਕਿਉਂ ਭਰਿਆ ਕਿੰਨੇ ਦਿਨਾਂ ਦੀ ਕੰਨ ਕੇ ਯਾਰ ਇੱਥੇ ਆਈ ਆ भेजਿਆਂ ਜਿੰਨੀਆਂ ਮਰਜ਼ੀ ਗੱਡੀਆਂ ਭੇਜਿਆ ਲੇਵਰ ਵੇਲੀ ਖਲੋਤੀਆ ਤੇ ਸਾਰੀ ਲੋਡ ਕਰਕੇ ਤੇ 2-4 ਦਿਨ ਦਾ ਸਾਰੀ ਗੱਲ ਹੋਇਆ ਇੱਥੇ ਪ੍ਰਧਾਨ ਜੀ ਕਿਸਾਨ ਮਿਹਨਤੂ ਸੰਘਾਸ ਕਮੇਟੀ ਹਮੇਸ਼ਾ ਲੋਕਾਂ ਦੇ ਹਿੱਕਾਂ ਹਿੱਤਾਂ ਦੀ ਲੜਦੀ ਹੈ ਸੋ ਇਹਨਾਂ ਦਾ ਮਸਲਾ ਨਾ ਹੱਲ ਹੋਏਗਾ ਤੇ ਤੁਹਾਡੇ ਵੱਲੋਂ ਅਗਦੀ ਰਣਨੀਤੀ ਕੀ ਹੈ ਮੈਂ ਹੁਣ ਨਾ ਜਿਹਰੇ ਦੀ ਮੀਟਿੰਗਾਂ ਜਾ ਰਿਹਾ ਵਾਂ 3:30 ਵਜੇ 3 ਵਜੇ ਸਾਡੀ ਮੀਟਿੰਗ ਸ਼ੁਰੂ ਆ ਉਥੇ ਪੂਰਾ ਯੋਰਨਾ ਮੁੱਦਾ ਠਾਊਗਾ ਤੇ ਜੇ ਕਿਦੇ ਸਾਡਾ ਸੂਬਾ ਕਮੇਟੀ ਜਾਂ ਪੂਰਾ ਸਾਡੀ ਗੱਲਬਾਤ ਚੜ ਗਈ ਨੇਪਰੇ ਕੋਈ ਤੈ ਹੋ ਗਿਆ ਤੇ ਵੱਡਾ ਐਕਸ਼ਨ ਕਰਾਂਗੇ ਜੇ ਰੇਲਾਂ ਰੁਕਣੀਆਂ ਪਈਆਂ ਰੇਲਾਂ ਰੋਕਾਂਗੇ 5 ਤਰੀਕ ਨੂੰ ਪੂਰੇ ਪੰਜਾਬ ਦੇ ਡੀਸੀ ਜਿਹੜੇ ਆ ਉਹ ਅਸੀਂ ਘੇਰਨ ਜਾ ਰਹੇ ਆ ਉਦੋਂ ਪਹਿਲੋਂ ਵੀ ਜੇ ਐਕਸ਼ਨ ਕਰਨਾ ਪਿਆ ਉਹ ਵੀ ਮਿਤਰਾ ਕਰ ਚਾਂਗੇ ਤੋ ਇਹਨਾਂ ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਦਿਆਲ ਸਿੰਘ ਮੀਆਂ ਵੇਲੇ ਇਹਨਾਂ ਵੱਲੋਂ ਵੀ ਇਹੀ ਮੰਗ ਕੀਤੀ ਗਈ ਹੈ ਕਿ ਸੋ ਆਰਤੀਏ ਪਰੇਸ਼ਾਨ ਹੋ ਰਿਹਾ ਹੈ ਤੇ ਮਜ਼ਦੂਰ ਵਰਗ ਦੇ ਲੋਕ ਪਰੇਸ਼ਾਨ ਹੋ ਰਹੇ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਕਣਕ ਦੀ ਲਿਫਟਿੰਗ ਕਰਾਈ ਜਾਵੇ ਤਾਂ ਜੋ ਇਹ ਪ੍ਰਦੇਸ਼ਾਂ ਤੋਂ ਆਏ ਜੋ ਲੋਕ ਆਪਣੇ ਘਰਾਂ ਨੂੰ ਵਾਪਸ ਜਾ ਸਕਣ ਤੇ ਆਰਤੀਏ ਵੀ ਜਿਹੜੇ ਸੁੱਖ ਦਾ ਸਾਹ ਲੈ ਸਕਣ ਕੈਮਰਾਮੈਨ ਮਾਨ ਸਿੰਘ ਨਲ ਰਵਿਕਰ ਪੰਜਾਬੀ ਲੋਕ ਚੈਨਲ ਸ਼੍ਰੀ ਖਰੂਸਾਹਬ